ਕਰਦਾ ਮੈਂ ਨਹੀਂ ਹਜੇ ਨਹੀਂ ਕੀਤਾ ਜੇ ਰਾਸ਼ਨ ਵੰਡ ਰਹੇ ਹੋ ਤੁਸੀਂ ਲੋੜਵੰਦ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮਾਨਯੋਗ SSP ਸਾਹਿਬ ਸਰਦਾਰ ਮਨਦੀਪ ਸਿੰਘ ਸਿੱਧੂ ਸਾਹਿਬ ਦੀ ਰਹਿਨੁਮਾਈ ਹੇਠ ਸਾਡੀ ਕਰੀਬ ਸਾਰੀ ਪੁਲਿਸ ਨੂੰ ਜਿਹੜੀ ਕਿ ਦਿਨ ਰਾਤ ਮਿਹਨਤ ਕਰ ਰਿਹਾ ਕਿ ਕੋਈ ਵੀ ਵਿਅਕਤੀ ਜਿਹੜਾ ਉਹ ਭੁੱਖਾ ਨਾ ਰਹੇ, ਕਿਉਂਕਿ ਸਰਕਾਰ ਵੱਲੋਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ, ਪਰ ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾ ਹਰ ਜਗ੍ਹਾ 'ਤੇ ਨਹੀਂ ਪੁੱਜ ਸਕਦਾ, ਜਿਸ ਤਰ੍ਹਾਂ ਕਿ ਵੱਖ ਵੱਖ ਜਿਹੜੀਆਂ ਸਮਾਜ ਸੇਵਕ ਸੰਸਥਾ ਹੈਗੀਆਂ ਉਹ ਰੋਜ਼ਾਨਾ ਹੀ, ਜਿਸ ਤਰ੍ਹਾਂ ਇਹ ਲੜਕੇ ਵੀ ਆ ਜਾਂ ਹੋਰ ਸੰਸਥਾ ਹੈਗੀਆਂ ਉਹ ਰੋਜ਼ਾਨਾ ਹੀ ਜੋ ਹੈਗਾ ਖਾਣਾ ਤਿਆਰ ਕੀਤਾ ਜਾਂਦਾ, ਔਰ ਕੁਛ ਲੋਕਾਂ ਨੂੰ ਜਿਹੜਾ ਸੁੱਕਾ ਰਾਸ਼ਨ ਵੀ ਦਿੱਤਾ ਜਾਂਦਾ ਜੋ ਘਰ 'ਚ ਬਣਾ ਸਕਦੇ ਆ। ਔਰ ਸਾਡੀ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਸਾਡੇ ਦੇ ਜਿੰਨੇ ਵੀ ਸੰਸਥਾ ਹੈਗੀਆਂ ਜਾਂ ਆਪਣੇ ਮੁਹੱਲੇ ਦੇ ਵਿੱਚ ਜੋ ਕੋਈ ਪਰਦੇਸੀ ਉਹਨਾਂ ਦੇ ਮੁਹੱਲੇ 'ਚ ਰਹਿ ਰਹੇ ਆ ਮਜ਼ਦੂਰੀ ਕਰਨ ਵਾਲੇ, ਜਿਨ੍ਹਾਂ ਕੋਲ ਰਾਸ਼ਨ ਨਹੀਂ ਹੈਗਾ, ਤਾਂ ਉਹਨਾਂ ਵੱਲ ਜ਼ਰੂਰ ਦੇਖਣਾ ਚਾਹੀਦਾ। ਸਾਰੇ ਰਲ ਕੇ ਹੀ ਸਾਨੂੰ ਜਿਹੜੇ ਆ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ। ਇਹ ਕਰੋਨਾ ਵਾਇਰਸ ਦੀ ਜਿਹੜੀ ਬਿਮਾਰੀ ਆ ਪੂਰੇ ਦੁਨੀਆ ਵਿੱਚ ਜਿਹੜੀ ਫੈਲੀ ਹੋਈ ਆ, ਸੋ ਮੈਂ ਇਹ ਵੀ ਅਪੀਲ ਕਰਦਾ ਕਿ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਜੋ ਸਾਨੂੰ ਗਾਈਡਲਾਈਨ ਦਿੱਤੀਆਂ ਗਈਆਂ ਵੀ 1 ਮੀਟਰ ਦੀ ਦੂਰੀ ਨਾਲ ਹਟ ਕੇ ਰਹਿਣਾ। ਜੇ ਸਾਨੂੰ ਕਿਸੇ ਬਾਜ਼ਾਰ ਦੀ ਕੋਈ ਜ਼ਰੂਰਤ ਨਹੀਂ ਮੈਡੀਸਨ ਦੀ ਜਾਂ ਕਿਸੇ ਚੀਜ਼ ਦੀ, ਤਾਂ ਸਾਨੂੰ ਘਰੋਂ ਬਾਹਰ ਬਿਲਕੁਲ ਨਹੀਂ ਜਾਣਾ ਚਾਹੀਦਾ। ਬਿਕੋਜ਼ ਪੁਲਿਸ ਡਿਪਾਰਟਮੈਂਟ ਆ ਜਾਂ ਆਪਣੇ ਡਾਕਟਰ ਸਾਹਿਬਾਨ ਹੋ ਗਏ, ਸਾਡੀ ਤਾਂ ਲੋਕਾਂ ਦੀ ਸੇਵਾ ਲਈ ਸਾਨੂੰ ਤਾਂ ਅਸੀਂ ਤਾਂ ਹਾਜ਼ਰ ਹਾਂ ਹਰ ਟਾਈਮ, ਪਰ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ ਤਾਂ ਕਿ ਜਿਹੜੀ ਇਹ ਬਿਮਾਰੀ ਫੈਲ ਨਾ ਸਕੇ। ਔਰ ਮੈਂ ਸਾਰਿਆਂ ਤੋਂ ਉਮੀਦ ਕਰਦਾ ਕਿ ਲੋਕ ਜਿਹੜੇ ਇਹਨਾਂ ਦੀ ਪਾਲਣਾ ਕਰਨ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਤੱਕ ਇਹ ਚੱਲੂਗਾ ਆਪਣਾ ਕਰਫਿਊ ਉਦੋਂ ਤੱਕ ਜਾਰੀ ਰਹੇਗਾ ਰਾਸ਼ਨ? ਇਹ ਬਿਲਕੁਲ ਜੋ ਰੋਜ਼ਾਨਾ ਹੀ ਸਾਡੇ ਜਿਹੜੀ ਮੁਹਿੰਮ ਹੈ ਜਾਰੀ ਰਹੇਗੀ। ਸਾਡੇ ਜਿਹੜੀ ਪੁਲਿਸ ਡਿਪਾਰਟਮੈਂਟ ਹੈ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਉਹ ਹਰ ਜਗ੍ਹਾ 'ਤੇ ਪੂਰੇ ਸਾਡੇ ਡਿਸਟ੍ਰਿਕਟ ਦੇ ਵਿੱਚ, ਜਿਸ ਤਰ੍ਹਾਂ ਕਿ ਪਿੰਡਾਂ ਵਿੱਚ SHO ਸਾਹਿਬਾਨ ਹੈ, ਸਿਟੀ ਦੇ ਵਿੱਚ ਅਸੀਂ ਜਾਂ ਜਿੰਨੀ ਪੁਲਿਸ ਡਿਪਾਰਟਮੈਂਟ ਹੈ ਉਹ ਅਸੀਂ ਜਿੱਦਾਂ ਰੋਜ਼ਾਨਾ ਹੀ ਕੋਈ ਨਾ ਕੋਈ ਜਗ੍ਹਾ 'ਤੇ ਜਾ ਕੇ ਜਿੱਥੇ ਦੇਖਦੇ ਹਾਂ ਉੱਥੇ ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕੀਤਾ ਜਾਂਦਾ ਹੈ।